ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਵੱਡੇ ਫੈਸਲੇ ਲੈਂਦੇ ਆ ਪੰਜਾਬ ਕੈਬਨਿਟ ਨੇ ਨਵੀਂ ਮਾਈਨਿੰਗ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ। ਪੰਜਾਬ ਕੈਬਨਿਟ ਨੇ ਨਿੱਜੀ ਸਕੂਲਾਂ ਦੀ ਮਨਮਰਜ਼ੀ ਨੂੰ ਰੋਕਣ ਦੇ ਲਈ ਅਤੇ ਫੀਸ ਤੇ ਲਗਾਮ ਲਗਾਉਣ ਲਈ ਵੀ ਨੀਤੀ ਬਣਾਈ। ਇਸ ਨੀਤੀ ਮੁਤਾਬਕ ਨਿੱਜੀ ਸਕੂਲ 8% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ। ਇਸ ਦੇ ਨਾਲ ਹੀ ਪੰਜਾਬ ਕੈਬਨਿਟ ਨੇ ਵੱਡਾ ਫੈਸਲਾ ਲੈਂਦੇ ਆ 125 ਸਾਲ ਪੁਰਾਣੀ ਵਿਰਾਸਤ ਨੂੰ ਬਚਾਉਣ ਲਈ ਖਾਲਸਾ ਯੂਨੀਵਰਸਿਟੀ ਐਕਟ ਨੂੰ ਖਤਮ ਕਰਨ ਤੇ ਮੋਹਰ ਲਗਾਉਂਦੇ ਹੋਏ ਅੰਮ੍ਰਿਤਸਰ ਦੀ ਖਾਲਸਾ ਯੂਨੀਵਰਸਿਟੀ ਨੂੰ ਮੁੜ ਖਾਲਸਾ ਕਾਲਜ ਬਣਾਉਣ ਦਾ ਵੀ ਫੈਸਲਾ ਲਿਆ ਹੈ। ਜੋ ਬੜਾ ਫੈਸਲਾ ਥਾ ਕਿ ਪੰਜਾਬ ਮੇਂ ਨਈ ਮਾਈਨਿੰਗ ਪਾਲਿਸੀ ਜੋ ਹੈ ਉਸਕੀ ਇਬਤਦਾ ਕੀ ਗਈ ਹੈ ਔਰ ਪਿਛਲੀ ਮਾਈਨਿੰਗ ਪਾਲਿਸੀ ਸੇ ਯੇ ਥੋੜ੍ਹੀ ਮੁਖਤਲਿਫ ਹੈ ਕਿ ਕੋਈ ਵੀ ਸਕੂਲ ਪੰਜਾਬ ਕੇ ਅੰਦਰ ਜੋ ਵੀ ਪਿਛਲੇ ਸਾਲ ਕੀ ਉਸਕੀ ਫੀਸ ਥੀ ਉਸਸੇ ਬੜਾ ਕਰ 8% ਸੇ ਜ਼ਿਆਦਾ ਨਹੀਂ ਲੈ ਸਕਤੇ। ਸੋ ਆਈ ਥਿੰਕ ਯੇ ਇੱਕ ਬਹੁਤ ਬੜੀ ਰਿਲੀਫ ਹੋਗੀ ਪੰਜਾਬ ਮੇਂ। ਪੰਜਾਬ ਕਾ ਪੁਰਾਨਾ ਮਸ਼ਹੂਰ ਦੋ ਹੀ ਕਾਲਜ ਥੇ ਪੰਜਾਬ ਕੇ ਜੋ ਬੜੇ ਆਈਕੋਨਿਕ ਕਾਲਜਿਸ ਥੇ, ਇੱਕ ਖਾਲਸਾ ਕਾਲਜ ਔਰ ਇੱਕ ਮਹਿੰਦਰਾ ਕਾਲਜ, ਇੱਕ ਸਦੀ ਸੇ ਵੀ ਜ਼ਿਆਦਾ ਪੁਰਾਨੇ ਥੇ। ਤੋ ਉਸਕੀ ਉਸਕਾ ਯੂਨੀਵਰਸਿਟੀ ਮੇਂ ਤਬਦੀਲ ਕਰ ਦੇਣਾ ਔਰ ਇਸਕੀ ਜੋ ਮੈਨੇਜਮੈਂਟ ਕਮੇਟੀ ਕੀ ਤਰਫ ਸੇ ਇਸਕੋ ਇਸਕਾ ਕਮਰਸ਼ਲਾਈਜੇਸ਼ਨ ਕਰ ਦੇਣਾ, ਤੋ ਪੰਜਾਬ ਸਰਕਾਰ ਨੇ ਯੇ ਮਹਿਸੂਸ ਕੀਆ ਕਿ ਖਾਲਸਾ ਕਾਲਜ ਕੋ ਆਪਣੇ ਓਰਿਜਿਨਲ ਸਟੇਟ ਮੇਂ ਚਲੇ ਜਾਣਾ ਚਾਹੀਏ। ਜੋ ਵੀ ਬੱਚੋਂ ਨੇ ਐਡਮਿਸ਼ਨ ਲੀ ਹੈ ਖਾਲਸਾ ਕਾਲਜ ਖਾਲਸਾ ਯੂਨੀਵਰਸਿਟੀ ਮੇਂ, ਯੇ ਬਤਾਇਆ ਗਿਆ ਕਿ ਤਕਰੀਬਨ 300 ਹੈ, ਉਨਕੋ ਸੂਟੇਬਲੀ ਸਾਥ ਵਾਲੀ ਯੂਨੀਵਰਸਿਟੀ ਮੇਂ ਯਾ ਜਿਸ ਯੂਨੀਵਰਸਿਟੀ ਮੇਂ ਵੋ ਜਾਣਾ ਚਾਹੇਂਗੇ ਵਹਾਂ ਉਨਕੋ ਸੂਟੇਬਲੀ ਅਕੋਮੋਡੇਟ ਕਰ ਦਿਆ ਜਾਏ।